ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਬੈਕ ਟੂ ਨਿਊ ਵਲੌਗ। ਅਤੇ ਅੱਜ ਅਸੀਂ ਜਿਮ ਤੋਂ ਆਏ ਸੀ ਸਵੇਰੇ, ਅਤੇ ਇਹਦੀ ਗੱਲ ਦੱਸਦਾ ਵਾ। ਬਾਕੀ ਬੜੇ ਦਿਨ ਹੋ ਗਏ ਚਲਾਇਆ ਨਹੀਂ, ਇੱਦਾਂ ਹੀ ਆ ਬਸ, ਅਸੀਂ ਬੰਦ ਕਰ ਕੀਤਾ ਹੋਇਆ ਵਾ। ਅਸੀਂ ਕਿਹਾ ਵੀ ਡੀਪ ਕਲੀਨ, ਮਤਲਬ ਅਸੀਂ ਸਫਾਈ ਕਰਾਂਗੇ, ਕਿਉਂਕਿ ਕੁਰਸੀਆਂ ਕਰਸੀਆਂ ਪਈਆਂ ਹੁੰਦੀਆਂ ਵਾ ਕਈ ਵਾਰੀ ਰਸਤੇ 'ਚ, ਫਿਰ ਅਸੀਂ ਉੱਦਾਂ ਦਾ ਚਲਾਇਆ ਨਹੀਂ, ਸਫਾਈ ਵੀ ਇਹਦੀ ਕਰਨ ਵਾਲੀ, ਅੱਜ ਕਲੀਨਿੰਗ ਕਰਾਂਗੇ ਇਹਦੀ। ਅਤੇ ਚਾਰ ਕੁ ਦਿਨ ਪਹਿਲਾਂ ਨਾ ਡੈਡੀ ਹੁਣਾਂ ਦੇ ਬੀ ਡਿੱਗ ਗਏ ਥੱਲੇ, ਮਤਲਬ ਖਿੱਲਰ ਗਏ ਸੋਫੇ ਵਾਲੇ ਅੰਦਰ, ਦੂਸਰੇ ਕੀ ਸੀ ਸ਼ਲਗਮਾਂ ਦੇ ਖਾਧੇ ਸੀ ਬੀ, ਮੈਨੂੰ ਯਾਦ ਨਹੀਂ ਆ। ਅਤੇ ਥੱਲੇ ਖਿੱਲਰ ਗਏ, ਡੈਡੀ ਹੁਣੀ ਕਹਿੰਦੇ ਕਿੱਧਰ ਗਿਆ ਚਲੇ ਬੀ, ਸਵੇਰੇ ਵੇਖਿਆ ਹੈ ਹੀ ਨਹੀਂ। ਡੈਡੀ ਕਹਿੰਦਾ ਉਹਦੇ ਨਹੀਂ ਕਿਤੇ ਚੱਕ ਕੇ ਲੈ ਗਿਆ। ਅਤੇ ਅੱਜ ਮੈਂ ਤੁਹਾਨੂੰ ਦਿਖਾਉਣਾ ਵਾ ਇਹ ਚੱਕ ਕੇ ਇਹਨੇ ਇਕੱਠੇ ਕੀਤੇ ਹੋਏ, ਉੱਦਣ ਵੀ ਮੈਂ ਵੇਖੀ ਵੇਚੀ ਆ, ਉੱਦਣ ਦੀ ਸਫਾਈ ਨਹੀਂ ਕੀਤੀ, ਇਹਦੇ ਵਿੱਚ ਬੀ ਪਏ ਆ। ਅਤੇ ਕੱਢ ਕੇ ਤੁਹਾਨੂੰ ਦਿਖਾਉਣਾ ਵਾ। ਅਤੇ ਇਹਦਾ ਇਹ ਵੀ ਫਾਇਦਾ ਵਾ ਕਿ ਜਿਵੇਂ ਕਿ ਆਪਣੇ ਨਿੱਕੀ ਮੋਟੀ ਚੀਜ਼ ਖਿੱਲਰ ਗਈ, ਜਿੱਦਾਂ ਹੁਣ ਬੀ ਆ, ਮਤਲਬ ਕੋਈ ਵੀ ਚੀਜ਼ ਖਿੱਲਰ ਗਈ, ਮੋਤੀ ਮੋਤੀ ਨਿੱਕੇ ਨਿੱਕੇ, ਹੈ ਨਾ, ਕੋਈ ਸਮਾਨ ਖਿੱਲਰ ਗਿਆ, ਅਤੇ ਉਹ ਇਕੱਠਾ ਹੋ ਕੇ ਬੋਕਸ 'ਚ ਹੀ ਪੈ ਜਾਣਾ ਵਾ। ਸੋਫਿਆਂ ਥੱਲੇ ਵੜ ਵੁੜ ਗਿਆ ਸੀ, ਅਤੇ ਸੋਫਿਆਂ ਥੱਲੇ ਵੜ ਵੁੜ ਕੇ ਸਾਰਾ ਕੁਛ ਤਾਂ ਕੱਢ ਲੈਂਦਾ, ਤਾਂ ਇਹਦੇ ਵਿੱਚ ਉੱਦਣ ਦੇ ਬੀ ਆ। ਤਾਂ ਇਹ ਤੁਹਾਨੂੰ ਮੈਂ ਕੱਢ ਕੇ ਵਿਖਾਉਣਾ, ਨਾਲੇ ਇਹਦੀ ਆਪਾਂ ਸਫਾਈ ਕਰ ਦਿੰਦੇ ਹਾਂ। ਉੱਤੇ ਇੱਕ ਘੱਟਾ ਬਹੁਤ ਪਿਆ ਹੋਇਆ, ਕੋਈ ਨਹੀਂ ਇਹਨੂੰ ਸਾਫ਼ ਕਰਦਾ, ਉੱਦਣ ਦਾ ਨਾ ਬੜੇ ਜਦੋਂ ਦਾ ਲਿਆਂਦਾ ਉਦੋਂ ਦਾ ਸਾਫ਼ ਹੀ ਨਹੀਂ ਕੀਤਾ, ਨਾਲੋਂ ਮਹੀਨੇ 'ਚ ਇੱਕ ਵਾਰੀ ਤਾਂ ਕਲੀਨਿੰਗ ਚਾਹੀਦੀ ਆ। ਮਾੜਾ ਹੋਇਆ ਹੋ ਗਿਆ ਇਹਦਾ। ਤੁਹਾਨੂੰ ਉਹ ਚੀਜ਼ ਵਿਖਾਉਣਾ ਜਿਹੜੀ ਮੈਂ ਤੁਹਾਨੂੰ ਕਹੀ ਸੀ, ਦੇਖੋ ਬਈ ਇਹਦੇ 'ਚ ਬੀ ਜਿਹੜੇ ਨਾ ਨਿੱਕੇ ਨਿੱਕੇ ਆ, ਆਹ ਦੇਖੋ ਬਈ ਬੀ ਜਿਹੜੇ ਆ, ਜੇ ਤੁਹਾਨੂੰ ਦੀਦੇ ਪਏ ਆ, ਦੇਖੋ ਗ੍ਰੀਨ ਗ੍ਰੀਨ ਕਲਰ ਦੇ ਨੇ, ਸਾਰੇ ਇਕੱਠੇ ਕਰ ਲਏ, ਬਹੁਤ ਜ਼ਿਆਦੇ ਆ ਵਿੱਚ, ਅਤੇ ਆਪਾਂ ਇਹ ਕੱਢ ਲਈਏ। ਡੈਡੀ ਹੁਣੀ ਕਹਿੰਦੇ ਸੀ ਕੱਢ ਲਿਓ, ਦੇਖੋ ਗਾਇਜ਼ ਆਹ ਬੀ ਸੀਗੇ ਮੂਲੀਆਂ ਦੇ, ਨਾ ਗੋਡਿਆਂ ਤੇ ਪਾਉਣ ਨੂੰ, ਮਤਲਬ ਜਿਵੇਂ ਆਪਾਂ ਥਾਈ ਲਾਉਣੇ ਨਾ, ਜੋ ਲੱਗ ਗਿਆ ਫਿਰ ਸਹੀ ਲੱਗਣੇ ਆ, ਕੱਸ ਦੇਣਾ ਇੱਥੋਂ ਫੁੱਲ। ਹਾਂ ਉਧਰੋਂ ਵੀ ਲਾ। ਤੇਰੇ ਨੀ ਸਹੀ, ਤੇਰੇ ਚੱਲ ਉਵੇਂ ਜੇ ਆਇਆ ਨਾ, ਮੇਰੇ ਗੋਡਿਆਂ ਵਾਲੀ ਤਾਂ ਤੁਸੀਂ ਦੇਖ ਲਈ ਆ, ਹੁਣ ਅੱਗੋਂ ਤੁਹਾਨੂੰ ਦਿਖਾਉਣੇ ਆ। ਆਹ ਚੀਜ਼ ਮੈਂ ਮੰਗਾਈ ਆ, ਇਹ ਵੀ ਐਮਾਜ਼ੋਨ ਤੇ ਡੀਲ ਚੱਲਦੀ ਸੀ, ਸਾਰੀਆਂ ਚੀਜ਼ਾਂ ਤਾਂ ਐਮਾਜ਼ੋਨ ਤੋਂ ਹੀ ਆਉਂਦੀਆਂ ਜ਼ਿਆਦਾਤਰ, ਹੈ ਨਾ। ਇਹ ਮੈਨੂੰ ਪਈ ਪੂਰੇ 1100 ਦੀ, ਦੇਖੋ ਬਈ ਬੋਟ ਵੇਵ ਸਿਗਮਾ 3, ਤੁਹਾਨੂੰ ਵਿਖਾਉਣਾ ਵਾ ਜਲਦੀ ਜਲਦੀ ਖੋਲ ਕੇ। ਇਹਦੇ ਵਿੱਚ ਮਿਲਦਾ ਵਾ ਦੇਖੋ ਪਹਿਲੇ ਬੋਕਸ, ਸਭ ਤੋਂ ਪਹਿਲੇ ਤਾਂ ਆਪਣੇ ਮਿਲਦੀ ਘੜੀ, ਇਹਦੇ ਥੱਲੇ ਜੋ ਆ ਉੱਪਰ ਦੇਖੋ ਆ ਘੜੀ ਆ, ਥੱਲੇ ਸਭ ਤੋਂ ਪਹਿਲਾਂ ਪੜ੍ਹ ਪੁੜ੍ਹ ਕੇ ਜੋ ਵੀ ਆ ਥੱਲੇ ਗੱਡਾਈਆਂ ਪੜ੍ਹਦੀਆਂ ਕਹਿੰਦੇ ਆ, ਆਹ ਵੀ ਇਵੇਂ ਹੀ ਆ, ਅਤੇ ਥੱਲੇ ਛੋਟਾ ਜਿਹਾ ਮਿਲਦਾ ਵਾ ਇੱਕ, ਮਿਲ ਗਿਆ ਚਾਰਜਰ ਇਹਦਾ, ਪਰ ਮੇਨ ਆ ਘੜੀ, ਇਹਨੂੰ ਕੱਢਦੇ ਹਾਂ ਆਪਾਂ ਇੱਥੋਂ। ਆਹ ਆ ਗਈ ਆਪਣੀ ਮੇਨ ਘੜੀ, ਅਤੇ ਆਹ ਨਾਲ ਪਤਾ ਨਹੀਂ ਕੀ ਆ, ਮੈਨੂੰ ਲੱਗਦਾ ਸਟਿੱਕਰ ਦਿੱਤੇ ਆ, ਆਹ ਸਾਰੇ ਸਟਿੱਕਰ ਆ, ਆਪਾਂ ਕਿਤੇ ਵੀ ਲਾ ਸਕਦੇ। ਘੜੀ ਦੇ ਉੱਤੇ ਬੋਟ ਦੀ ਡਿਜ਼ਾਇਨਿੰਗ ਆ, ਦੇਖੋ ਬਾਈ ਕਿੰਨੀ ਚਮਕਦਾਰ ਘੜੀ ਨਿਕਲੀ, ਹੁਣ ਇਹਨੂੰ ਆਨ ਕਰਦੇ ਇੱਥੋਂ, ਆ ਲਓ ਬਾਈ ਸਟਾਰਟ ਹੋ ਗਈ ਘੜੀ, ਆਹ ਸਕੈਨ ਸਕੂਨ ਕਰਕੇ ਫਿਰ ਚੱਲੂਗੀ, ਚਲੋ ਚਲਾ ਲਈਏ ਤੇ ਫਿਰ ਤੁਹਾਨੂੰ ਮਿਲਦੇ ਹਾਂ। ਰੋਸਕੋ ਚੁੱਪ ਕਰਾ ਉਹਨਾਂ ਨੂੰ, ਰੋਸਕੋ ਕਹਿੰਦਾ ਲੜੋ ਨਾ, ਬਹੁਤ ਜ਼ੋਰ ਨਾਲ।
ਚਲੋ ਬਈ ਏਦਾਂ ਦੀ ਲੱਗਦੀ ਪਈ ਘੜੀ ਆ ਵਾ ਤੇ ਜਿਹੜਾ ਟਾਈਮ ਆ ਮੈਂ ਆਪਦੇ ਮੋਬਾਈਲ ਨਾਲ ਕਨੈਕਟ ਕਰ ਲਈ ਇਹ ਟਾਈਮ ਹੋ ਗਿਆ ਵਾ 10:27 ਅੱਜ ਚੱਲਿਆ ਜੋਗੇ ਵਾਲੇ ਥੋੜਾ ਕੰਮ ਸੀ ਉੱਥੇ ਜਾਣਾ ਪੈਣਾ ਸੀਗਾ ਤੇ ਉੱਧਰ ਚੱਲੇ ਆ ਪਹਿਲਾਂ ਮੈਂਗੋ ਸ਼ੇਕ ਪੀ ਲਈਏ ਨਾਲੇ ਉੱਧਰ ਚੱਲਦੇ ਆ ਤਾਂ ਜਿਹਨੇ ਘੜੀ ਮੰਗਾਉਣੀ ਆ ਮੰਗਾ ਸਕਦਾ ਬਹੁਤ ਘੈਂਟ ਆ ਫੋਨ ਦੀ ਆਵਾਜ਼ ਬਹੁਤ ਆਉਂਦੀ ਜੇ ਆਪਾਂ ਫੋਨ ਲਾਪਰੀ ਲਾਵੇ ਮੈਨੂੰ ਆਪਾਂ ਫੋਨ ਵੀ ਲਾ ਸਕਦੇ ਨੈਵੀਗੇਸ਼ਨ ਲਾ ਸਕਦੇ ਸਭ ਕੁਛ ਹੈਗਾ ਐਂਡ ਘੜੀ ਅਸੀਂ ਲੈ ਕੇ ਵੇਖ ਲਈ ਰੇਟ ਬਹੁਤ ਘੱਟ ਆ ਸਸਤੀ ਮਿਲਦੀ ਪਈ ਆ 1100 ਦੀ ਆ ਸਿਰਫ ਤੁਸੀਂ ਲੈ ਸਕਦੇ ਆ ਡਿਸਕ੍ਰਿਪਸ਼ਨ ਚ ਲਿੰਕ ਹੋਊਗਾ ਜੇ ਤੁਹਾਨੂੰ ਵਧੀਆ ਲੱਗੀ ਲੈ ਲਿਓ ਦੇਖੋ ਬਈ ਜੇ ਬੰਦਾ ਉਤੋਂ ਡਿੱਗ ਜਾਵੇ ਰੋਡ ਆ ਰੋਡ ਤੇ ਕੀ ਬਣੂ ਆਪੇ ਹਿਸਾਬ ਲਾਓ ਤੇ ਇਹਨਾਂ ਨੇ ਫਿਰ ਏਦਾਂ ਹੀ ਹੋਣਾ ਵਾ ਕੰਮ ਬਣਨਾ ਵਾ ਤੂੰ ਆਪ ਹੀ ਹਿਸਾਬ ਲਾ ਲਾ ਦੇਖੋ ਕਿੱਦਾਂ ਉੱਤੇ ਉਹਦੇ ਬਾਅਦ ਬਾਹ ਫੜੇ ਹੋਏ ਲੜੀ ਜਾਂਦੇ ਉਹ ਡਰਾਈਵਰ ਨੂੰ ਪਤਾ ਹੀ ਨਹੀਂ ਆਪਣੇ ਫਿਰ ਪਾਰਸਲ ਆਏ ਸੀ ਰਸਤੇ ਚ ਅਸੀਂ ਫੜ ਲਏ ਨਾਲੇ ਅਸੀਂ ਉਧਰੋਂ ਹੋ ਆਏ ਜੋਗੇ ਵਾਲਿਓ ਉਹ ਵੀ ਕੰਮ ਆਪਣਾ ਪੂਰਾ ਹੋ ਗਿਆ ਤੇ ਹੋਰ ਕੀ ਆ ਬਈ ਇੱਕ ਪੜਦਾ ਮੰਗਾਇਆ ਸੀ ਐਮਾਜ਼ੋਨ ਤੇ ਵੇਖਾਂਗੇ ਕਿਵੇਂ ਦਾ ਲੱਗਦਾ ਵਾ ਨਾਲੇ ਆਪਾਂ ਇਹ ਜਿਹੜਾ ਡਰਾਇੰਗ ਰੂਮ ਲਈ ਮੰਗਾਇਆ ਵਾ ਡਰਾਇੰਗ ਰੂਮ ਚ ਕਿਵੇਂ ਦਾ ਲੱਗਦਾ ਵਾ ਤੁਹਾਨੂੰ ਲਾ ਕੇ ਵਿਖਾਵਾਂਗੇ ਇੱਕ ਤਾਂ ਰਸਤਾ ਸਾਡਾ ਨਾ ਐਵੇਂ ਦਾ ਵਾ ਫਾਟਕ ਬੰਦ ਹੁੰਦਾ ਤੇ ਇੱਕ ਰਸਤਾ ਸਾਡਾ ਐਵੇਂ ਦਾ ਵਾ ਇੱਧਰ ਜਿੱਧਰ ਫਾਟਕ ਹੈ ਨੀ ਗਾ ਉਲਟ ਫਾਟਕ ਦੀ ਲੈ ਆਇਆ ਗੱਡੀ ਘੁਮਾਉਣੀ ਪੈਂਦੀ ਆ ਜੇ ਨਾ ਲੱਗਾ ਆ ਫਾਟਕ ਤਾਂ ਸਾਨੂੰ ਵਾਪਸ ਆਉਣਾ ਪੈਣਾ ਆਹੀ ਸੜਕ ਤੋਂ ਤੇ ਇੱਕ ਅਸੀਂ ਮੰਗਾਇਆ ਪ੍ਰੋਟੀਨ ਫਾਟਕ ਕੋਲ ਆ ਕੇ ਇਹਦੇ ਵਿੱਚ ਛੋਟਾ ਜਿਹਾ ਡੱਬਾ ਪ੍ਰੋਟੀਨ ਦਾ ਵਾ ਚਲੋ ਸੱਚੀ ਫਾਟਕ ਲੱਗਾ ਬਈ ਜੋ ਖੋਇਆ ਸੀ ਉਹੀ ਕੰਮ ਬਣ ਗਿਆ ਦੇਖੋ ਬਈ ਦੇਖੋ ਗੱਡੀਆਂ ਖੜੀਆਂ ਐਂਦੀ ਅਸੀਂ ਤਾਂ ਨਹੀਂ ਆਈਦਾ ਇੱਕ ਜਿਹੜਾ ਪਾਰਸਲ ਸੀਗਾ ਇੱਕ ਆਹ ਪਾਰਸਲ ਮੰਗਾਇਆ ਸੀਗਾ ਆਈਫੋਨ ਦਾ ਅਡੈਪਟਰ ਆ ਤੇ ਬਾਕੀ ਖੋਲ ਕੇ ਵੇਖਦੇ ਹਾਂ ਬਾਕੀ ਨਾ ਖੁੱਲਾ ਹੀ ਆਇਆ ਸੀ ਪਿੱਛੋਂ ਤੇ ਮਤਲਬ ਇਹ ਤਾਂ ਨਹੀਂ ਸੀ ਖੁੱਲ੍ਹਾ ਦੂਸਰਾ ਮਤਲਬ ਜਿਹੜੀ ਉੱਤੋਂ ਪੈਕਿੰਗ ਹੁੰਦੀ ਨਾ ਉਹ ਖੁੱਲ੍ਹੀ ਹੋਈ ਸੀ ਕਹਿੰਦੇ ਚੈੱਕ ਚੁੱਕ ਕਰਦੇ ਬਾਕੀ ਨਾ ਖੋਲ ਕੇ ਦੇਖਦੇ ਹਾਂ ਬਈ ਅਡੈਪਟਰ ਤਾਂ ਚੈੱਕ ਕਰ ਲਿਆ ਮੈਂ ਅਸਲੀ ਨਿਕਲਿਆ ਅਤੇ ਬਾਕੀ ਨਾ ਅਡੈਪਟਰ ਮੈਂ ਔਨਲਾਈਨ ਮੰਗਾਇਆ ਸੀ ਦੇਖੋ ਗਾਇਸ ਮੰਮੀ ਹੁਣੀ ਇੱਥੇ ਪਤਾ ਕੀ ਅਸੀਂ ਉੱਥੇ ਗਏ ਹੋਏ ਆਪੇ ਹੀ ਮੋਬਾਈਲ ਤੇ ਕਿੰਨਾ ਵਧੀਆ ਲੱਗਦਾ ਵਾ ਮੰਮੀ ਹੁਣੀਆਂ ਨੇ ਨਾ ਆਹ ਸਕਾਫ ਦੇਖੋ ਹੁਣੇ ਆ ਪਤਾ ਨੀ ਕੀ ਆ ਮੈਨੂੰ ਨੀ ਪਤਾ ਮੰਮੀ ਨੇ ਜਿਹੜੇ ਉਹਨਾਂ ਨੀ ਲਿਆਂਦੀ ਸੀ ਸੱਚੀ ਵਧੀਆ ਵਧੀਆ ਹੀ ਆ ਮੰਮੀ ਕਹਿੰਦੀ ਮੈਂ ਜਾਚ ਸਿੱਖਣ ਡਈ ਆ ਜੇ ਨਵੇਂ ਤਰੀਕੇ ਦੀ ਬਾਕੀ ਤਾਂ ਆਉਂਦਾ ਹੀ ਆ ਮੰਮੀ ਨੂੰ ਸਾਰਾ ਕੁਝ ਬਾਕੀ ਨਵੇਂ ਤਰੀਕੇ ਦਾ ਕੁਝ ਸਿੱਖਣ ਡਈ ਮੰਮੀ ਆ ਹੁਣੇ ਖੋਲਿਆ ਵਾ ਬਾਕੀ ਦੇਖਦੇ ਆ ਤਾਂ ਨੂੰ ਲਮਕਾਈ ਇਹਨੂੰ ਇਹ ਐਮਾਜ਼ੋਨ ਤੇ ਡੀਲ ਚੱਲਦੀ ਸੀ ਬਈ ਆਹ ਜਿਹੜਾ ਚੀਜ਼ ਆਈ ਆ ਬਾਕੀ ਦੇਖਦੇ ਆ ਕਿੱਦਾਂ ਦਾ ਲਾਪਰੀ ਵੇਖ ਬਹੁਤ ਘੈਂਟ ਲੱਗਦਾ ਓਏ ਦੇਖੋ ਇਦਾਂ ਦਾ ਲੱਗਦਾ ਪਿਆ ਵਾ ਦੇਖੋ ਦੋ ਮੰਗਾਏ ਆ ਪਹਿਲਾਂ ਅਸੀਂ ਇੱਕ ਹੀ ਮੰਗਾਏ ਫਿਰ ਸੋਚਿਆ ਦੋ ਮੰਗਾਈਏ ਅਸੀਂ ਏਰੀਏ ਦਾ ਹਿਸਾਬ ਨਹੀਂ ਲਾਇਆ ਅਸੀਂ ਸੱਚੀ ਦੋ ਮੰਗਾ ਕੇ ਸਹੀ ਕੀਤਾ ਘੈਂਟ ਇਹ ਲੱਗਣਾ ਕਿੱਦਾਂ ਵਾ ਇਹ ਇੱਥੋਂ ਕੋਈ ਨਾ ਵਧੀਆ ਜੀ ਚੀਜ਼ ਚਿੰਬਰ ਨਾਲ ਹੀ ਤੇ ਟੰਗ ਦਾਂਗੇ ਦੋ ਮੰਗਾਏ ਗਏ ਲਾ ਕੇ ਤੁਹਾਨੂੰ ਹੁਣ ਵਿਖਾਉਣੇ ਥੋੜੇ ਚਿਰ ਤੱਕ ਆਪਾਂ ਉਹਨਾਂ ਚਿਰ ਅਡੈਪਟਰ ਦਾ ਚਾਰਜ ਲਾ ਲਗੇ ਆਪਾਂ ਇੱਥੇ ਹੁਣ ਕਰਨ ਲੱਗੇ ਆ ਪੜਦਿਆਂ ਤਰ੍ਹਾਂ ਹੀ ਆ ਉਹ ਪੜਦੇ ਤਰ੍ਹਾਂ ਹੀ ਲੱਗਣਾ ਵਾ ਸਕਰੂ ਕੱਸ ਕੇ ਫਿਰ ਲਾ ਦਿੰਨੇ ਆਪਾਂ ਇੱਧਰ ਕੱਸਦਾ ਪਿਆ ਤੇ ਇੱਧਰ ਇੱਧਰ ਹੋ ਗਿਆ ਕਿਵੇਂ ਆ ਕੀ ਘੈਂਟ ਤੇ ਤੈਨੂੰ ਵਿਚਕਾਰ ਵੀ ਕੁਝ ਲਾਉਣਾ ਪੈਣਾ ਹਨਾ ਕਿ ਨਹੀਂ ਵਿਚਕਾਰੇ ਆ ਲੈਂਦਾ ਅੱਛਾ ਸੋਚ ਲੈ ਚਲੋ ਕਰ ਕਰ ਇਹਦੇ ਰੋਡ ਤੇ ਪਾ ਕੇ ਨਾ ਆਪਾਂ ਲਾਉਣ ਲੱਗੇ ਆ ਦੇਖੋ ਐ ਜਗਾੜ ਲਾ ਲਿਆ ਆਪਾਂ ਦੋ ਮੰਗਾਏ ਐਵੇਂ ਦੇ ਇੱਕ ਆਹ ਸੈੱਟ ਆ ਬਈ ਇਹਨੂੰ ਵੀ ਖੋਲਦੇ ਆ
ਖੋਲਣਾ ਆਪਾਂ ਜਿਹੜਾ ਵਾ ਪਾੜ ਹੀ ਦੇਣਾ ਖੋਲਣਾ ਥੋੜ੍ਹੀ ਆ ਰੈਨੋਵੇਟ ਕਰਤਾ ਰੈਨੋਵੇਟ ਤਾਂ ਕਰਾਂਗੇ ਹੁਣ ਅਸੀਂ ਹਜੇ ਸਫਾਈ ਕਰਨ ਵਾਲੀ ਬਾਕੀ ਅੰਦਰ ਦੀ ਓਦਾਂ ਮੈਂ ਆਹ ਲਾਤਾ ਦੇਖੋ ਏਦਾਂ ਮੋਟਰ ਤੇ ਆਏ ਅਸੀਂ ਸ਼ਿਮਲਾ ਮਿਰਚ ਦੀ ਪਨੀਰੀ ਨੂੰ ਪਾਣੀ ਦੇਣ ਤੇ ਨਾਲੇ ਲੰਮੀਆਂ ਮਿਰਚਾਂ ਦੀ ਦੋਵਾਂ ਦੀ ਦੋਵਾਂ ਪਨੀਰੀਆਂ ਨੂੰ ਪਾਣੀ ਦੇਣਾ ਸੀਗਾ ਪਹਿਲਾਂ ਦੁਪਹਿਰੇ ਦਿੱਤਾ ਸੀਗਾ ਹੁਣ ਫਿਰ ਦਿੰਨੇ ਪਏ ਜਿਹੜਾ ਤਰੀਕਾ ਨਾ ਸਭ ਤੋਂ ਬੈਸਟ ਆ ਪਾਣੀ ਦੇਣ ਦਾ ਆਹ ਜਿਹੜਾ ਕਿਵੇਂ ਇਹ ਲਾਇਆ ਹੋਇਆ ਵਾ ਜਗਾੜ ਸਿੱਧਾ ਉਹ ਮੋਟਰ ਤੇ ਨਾਲ ਹੀ ਲਾਈ ਹੋਈ ਕਨੈਕਟ ਕੀਤੀ ਹੋਈ ਉਹਦਾ ਬੜਾ ਪੰਗਾ ਹੁੰਦਾ ਚਲੋ ਹੁਣ ਆਪਾਂ ਪਾਣੀ ਪਾਲ ਗਏ ਦੇਖੋ ਕਿੰਨਾ ਸੌਖਾ ਪੈਂਦਾ ਇੱਦਾਂ ਹੀ ਮੈਂ ਆਹ ਜਿਹੜੀਆਂ ਸਾਰੀਆਂ ਨਾ ਸਾਰੀਆਂ ਤੇ ਇੱਦਾਂ ਹੀ ਮੈਂ ਪਾ ਦੇਣਾ ਚਲੋ ਆਪਾਂ ਪਾਲ ਗਏ ਸਾਰੀਆਂ ਮਿਰਚਾਂ ਨੂੰ ਪਾਣੀ ਪਾ ਤਾ ਮੋਟਰ ਵੀ ਬੰਦ ਕਰਤੀ ਸਟੈਂਡ ਨਹੀਂ ਹੈਗਾ ਸੀ ਉਵੇਂ ਟਾਈਮ ਲੈਪਸ ਪ੍ਰੋਪਰ ਲੈਣਾ ਸੀ ਮੰਜੇ 'ਤੇ ਟਿਕਾਇਆ ਸੀ ਮੈਂ ਬਈ ਬੋਤਲ ਦੇ ਨਾਲ ਬਾਕੀ ਜੇ ਸਟੈਂਡ ਲਿਆਉਂਦਾ ਨਾ ਘਰੋਂ ਫਿਰ ਬੜਾ ਘੈਂਟ ਸੀਨ ਹੋਣਾ ਚਲੋ ਚੱਲ ਗਏ ਕਰਤੀ ਮੋਟਰ ਬੰਦ ਕੱਲ੍ਹ ਤਾਂ ਉੱਥੇ ਹੀ ਪਿਆ ਡੈਡੀ ਚੁੱਲ੍ਹਾ ਹੁਣੇ ਹੁਣੇ ਗੁਰਦੁਆਰਿਓਂ ਆਏ ਸੀਗੇ ਲੰਗਰ ਛੱਕ ਕੇ ਉਹ ਤੋਂ ਬਾਅਦ ਵਲੋਗ ਜਿਹੜਾ ਬਣਾਇਆ ਨਹੀਂ ਹਨੇਰਾ ਹੋ ਗਿਆ ਬਾਹਵਾ ਹੁਣ ਤਾਂ 8 ਵੱਜਣ ਵਾਲੇ ਆ ਦੇਖੋ ਪੜਦਾ ਕਿਵੇਂ ਦਾ ਲੱਗਾ ਦੱਸਿਓ ਬਾਕੀ ਨਾ ਇੱਕ ਤਾਂ ਇਹਦਾ ਦੱਸਣਾ ਹੈਗਾ ਘੜੀ ਬਹੁਤ ਮੈਨੂੰ ਵਧੀਆ ਲੱਗੀ ਫੋਨ ਜਦੋਂ ਉਹਦਾ ਮੈਂ ਇਹਦੇ ਤੋਂ ਚੱਕ ਲੈਂਦਾ ਸਾਰਾ ਕੁਛ ਐਸ ਐਮ ਐਸ ਵਗੈਰਾ ਜੋ ਵੀ ਆ ਸਾਰਾ ਕੁਛ ਇਹਦੇ 'ਤੇ ਆ ਜਾਂਦਾ ਮਤਲਬ ਜੇ ਮੈਂ ਵੀਡੀਓ ਬਣਾਈ ਤਾਂ ਲੰਮੀ ਹੋ ਜਾਣੀ ਹੈ ਇਸ ਕਰਕੇ ਵੈਸੇ ਸਮਝ ਲਓ ਜੇ ਤੁਹਾਨੂੰ ਵਧੀਆ ਲੱਗਾ ਵਲੋਗ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਅਗਲੇ ਵਲੋਗ ਦੇ ਵਿੱਚ ਬਾਏ